2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਨੇ ਅਜਿਹੇ ਚ ਸੂਬੇ ਅੰਦਰ ਜੋੜ ਤੋੜ ਦੀ ਗਣਿਤ ਵੀ ਸ਼ੁਰੂ ਹੋ ਚੁੱਕੀ ਹੈ। ਕਿਸੇ ਵੇਲੇ ਅਕਾਲੀ ਸਰਕਾਰ ਚ ਮੰਤਰੀ ਰਹੇ ਸਾਬਕਾ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਸੰਕੇਤ ਦਿੱਤੇ ਨੇ ਕਿ ਉਹਨਾਂ ਦੀ ਪਾਰਟੀ ਅਕਾਲੀ ਦਲ ਡੈਮੋਕ੍ਰੈਟਿਕ ਬੀਜੇਪੀ ਕਾਂਗਰਸ ਤੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਿਸੇ ਵੀ ਪਾਰਟੀ ਨਾਲ ਗਠਜੋੜ ਕਰ ਸਕਦੀ ਹੈ। ਦੇਖੋ ਸਮਝੌਤਾ ਸਮੇਂ ਨਾਲ ਫੈਸਲਾ ਹੋਏਗਾ, ਪਰ ਅਸੀਂ ਚਾਹੁੰਦੇ ਹਾਂ ਵੀ ਜਿਹੜੀਆਂ ਕਾਂਗਰਸ ਭਾਜਪਾ ਅਤੇ ਬਾਦਲ ਦਲ ਇਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਨਜਾਤ ਦਵਾਈ ਜਾਵੇ। ਸੋ ਉਹਦੇ ਵਾਸਤੇ ਅਸੀਂ ਜਿਹੜੀਆਂ ਹੋਰ ਧਿਰਾਂ ਨੇ ਸਾਰੀਆਂ ਉਹਨਾਂ ਨਾਲ ਗੱਲ ਕਰਾਂਗੇ ਅਤੇ ਇੱਕ ਮਜ਼ਬੂਤ ਜਿਹੜਾ ਹੈ ਫਰੰਟ ਬਣਾਉਣ ਲਈ ਅਸੀਂ ਯਤਨਸ਼ੀਲ ਹਾਂ। ਅਤੇ ਕਿਉਂਕਿ ਜੇ ਇਹਨਾਂ ਤੋਂ ਅਸੀਂ ਖਿਹੜਾ ਛੁਡਾਵਾਂਗੇ ਤਾਂ ਹੀ ਪੰਜਾਬ ਦਾ ਕੋਈ ਭਲਾ ਹੋ ਸਕਦਾ, ਪੰਜਾਬ ਦਾ ਕੋਈ ਚੰਗਾ ਭਵਿੱਖ ਬਣ ਸਕਦਾ। ਢੀਂਡਸਾ ਦੇ ਇਸ ਬਿਆਨ ਤੋਂ ਬਾਅਦ ਹੁਣ ਚਰਚਾ ਛਿੜ ਗਈ ਹੈ ਕਿ ਕਿਆ ਅਕਾਲੀ ਦਲ ਡੈਮੋਕ੍ਰੈਟਿਕ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਸਕਦਾ ਹੈ, ਕਿਉਂਕਿ ਅਕਾਲੀ ਦਲ ਬਾਦਲ ਕਾਂਗਰਸ ਅਤੇ ਬੀਜੇਪੀ ਤੋਂ ਇਲਾਵਾ ਕੇਵਲ ਆਮ ਆਦਮੀ ਪਾਰਟੀ ਹੀ ਪੰਜਾਬ 'ਚ ਮਜ਼ਬੂਤ ਸਿਆਸੀ ਜ਼ਮੀਨ ਬਣਾਉਂਦੀ ਦਿਸ ਰਹੀ ਹੈ। ਢੀਂਡਸਾ ਨੇ ਅਕਾਲੀ ਦਲ ਬਾਦਲ ਨੂੰ ਵੀ ਭੰਡਿਆ ਤੇ ਕੈਪਟਨ ਸਰਕਾਰ ਤੇ ਵੀ ਤਿੱਖੇ ਹਮਲੇ ਕੀਤੇ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਕੋਈ ਉਮੀਦਵਾਰ ਨਹੀਂ ਲੱਭ ਰਹੇ ਅਤੇ ਕੈਪਟਨ ਸਰਕਾਰ ਸਿਰਫ ਲਾਰਿਆਂ ਦੀ ਸਰਕਾਰ ਹੈ। ਸਭ ਤੋਂ ਝੂਠੀ ਸਰਕਾਰ ਇਹ ਸਾਬਤ ਹੋਈ ਹੈ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਵੀ ਬਜਟ 'ਚ ਐਲਾਨ ਕੀਤੇ ਨੇ ਸਿਰਫ, ਵਾਅਦਾ ਕੋਈ ਫਿਰ ਵੀ ਪੂਰਾ ਨਹੀਂ ਕੀਤਾ। ਕਹਿੰਦੇ ਜੀ ਅਸੀਂ ਜੀ 51,000 ਦੇਵਾਂਗੇ ਜੁਲਾਈ ਤੋਂ, ਅਤੇ ਇਸੇ ਤਰ੍ਹਾਂ ਪੈਨਸ਼ਨਾਂ ਅਸੀਂ 1500 ਕਰਾਂਗੇ ਜੁਲਾਈ ਤੋਂ, ਵੀ ਆ 4 ਮਹੀਨੇ ਜਿਹੜਾ ਹੈ ਹੁਣ ਜਿਹੜੇ ਰਹਿੰਦੇ ਨੇ ਇਹ ਕਿਉਂ ਨਹੀਂ, ਜਾਣ ਬੁੱਝ ਕੇ ਬਸ ਇਹ ਤਾਂ ਸਿਰਫ ਲਾਰਿਆਂ ਦੀ ਸਰਕਾਰ ਹੈ, ਹੋਰ ਕੁਛ ਨਹੀਂ। ਅਤੇ ਲੋਕ ਜਾਣ ਚੁੱਕੇ ਨੇ ਅਤੇ ਇਹਨਾਂ ਨੂੰ ਸਬਕ ਸਿਖਾਉਣਗੇ।